ਮੰਤਰੀ ਪਠਾਨਕੋਟ ਕੁਝ ਦੇਰ ਬਾਅਦ ਪਹੁੰਚਣ ਵਾਲੇ ਨੇ ਤੇ ਇਸ ਦੌਰਾਨ ਸ਼ਾਹਪੁਰ ਕੰਡੀ ਡੈਮ ਦਾ ਉਹਨਾਂ ਦੇ ਵੱਲੋਂ ਨੀਂਹ ਪੱਥਰ ਰੱਖਿਆ ਜਾਏਗਾ। 11 ਵਜੇ ਦਾ ਸਮਾਂ ਜਿਹੜਾ ਸੀ ਰੱਖਿਆ ਗਿਆ ਸੀ ਉਦਘਾਟਨ ਦਾ ਤੇ ਇਸ ਦੌਰਾਨ ਮੁੱਖ ਮੰਤਰੀ ਉੱਥੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਫਿਲਹਾਲ ਸੁਰੱਖਿਆ ਦੇ ਉੱਤੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਹੈ। ਇਸ ਡੈਮ ਦੇ ਜ਼ਰੀਏ ਜੋ ਭਾਰਤ ਦਾ ਵਾਧੂ ਪਾਣੀ ਇਸ ਵੇਲੇ ਪਾਕਿਸਤਾਨ ਨੂੰ ਜਾ ਰਿਹਾ, ਉਸ ਨੂੰ ਰੋਕਿਆ ਜਾਏਗਾ ਤੇ ਇਹ ਪਾਣੀ ਪੰਜਾਬ ਤੇ ਹੋਰ ਆਸ-ਪਾਸ ਦੇ ਹੋਰ ਇਲਾਕਿਆਂ ਦੇ ਲੋਕਾਂ ਦੇ ਵਰਤਣ ਦੇ ਲਈ ਉਸ ਨੂੰ ਇਸਤੇਮਾਲ ਕੀਤਾ ਜਾਏਗਾ। ਪ੍ਰੋਜੈਕਟ ਕਰੀਬ 2022 ਤੱਕ ਮੁਕੰਮਲ ਹੋਣ ਦਾ ਜਿਹੜਾ ਇਹ ਸਮਾਂ ਨਿਰਧਾਰਤ ਕੀਤਾ ਗਿਆ ਹੈ। ਕੇਂਦਰ ਨੇ ਹਾਲ ਫਿਲਹਾਲ ਕਰੀਬ 485 ਕਰੋੜ ਰੁਪਏ ਜਿਹੜੇ ਨੇ ਪੰਜਾਬ ਨੂੰ ਇਸ ਦੇ ਲਈ ਜਾਰੀ ਕੀਤੇ ਨੇ। ਕੁੱਲ 2700 ਕਰੋੜ ਰੁਪਏ ਦੀ ਲਾਗਤ ਜੋ ਹੈ ਇਸ ਪੂਰੇ ਪ੍ਰੋਜੈਕਟ ਦੇ ਉੱਤੇ ਆਏਗੀ ਤੇ ਕਰੀਬ 2 ਤੋਂ 4 ਪੜਾਵਾਂ ਦੇ ਵਿੱਚ ਇਸ ਪੂਰੇ ਪ੍ਰੋਜੈਕਟ ਦਾ ਕੰਮ 2022 ਤੱਕ ਮੁਕੰਮਲ ਕਰ ਲਿਆ ਜਾਵੇਗਾ। Thank you.